ਅੱਜ ਬਠਿੰਡੇ ਤੋਂ ਵਿਭਾਗ ਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ। ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਅਤੇ ਬਾਕੀ ਜਗ੍ਹਾ 'ਤੇ ਅਸੀਂ ਰੈਲੀਆਂ ਤੋਂ ਕੰਮ ਕਰਦੇ। 2-3 ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ, ਇੱਕ ਲੋਕ ਠੱਗੇ ਮਹਿਸੂਸ ਕਰ ਰਹੇ ਹੈ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਅਤੇ ਉਹਨਾਂ ਦੀ ਲੀਡਰਸ਼ਿਪ। ਦੂਜੀ ਗੱਲ ਮੈਂ ਦੇਖਿਆ, ਲੋਕ ਕੰਸਿਡਰ ਹੀ ਨਹੀਂ ਕਰਦੇ ਆਪਣੇ 'ਚ ਪੰਜਾਬ 'ਚ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ, ਉਮੀਦਾਂ ਹੀ ਛੱਡਤੀਆਂ। ਭਗਵੰਤ ਮਾਨ ਯੂਨੈਨਮਸ ਹੈ ਕਿ ਆਹ ਸ਼ਰਾਬੀ ਹੈ, ਆਹ ਤਾਂ ਸਾਡੇ ਤੋਂ ਗਲਤੀ ਹੋ ਗਈ, ਹੁਣ ਭਾਣਾ ਮੰਨ ਕੇ ਸਾਨੂੰ 2 ਸਾਲ ਟਪਾਉਣੇ ਪੈਣੇ। ਤੀਜੀ ਗੱਲ ਜਿਹੜੀ ਦੇਖੀ ਮੈਂ, ਪੰਜਾਬੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ, ਯੂਨਿਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ, ਦੂਜੇ ਸਾਰੇ ਦਿੱਲੀ ਵਾਲੀ ਹੈ ਅਤੇ ਉਹਨਾਂ ਨੇ ਵੀ ਰਿਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਅਕਾਲੀ ਦਲ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ। ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ। ਆਹ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ 'ਚ ਹੋ ਗਈ। ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ, ਇੱਥੇ ਹਿਸਟੋਰਿਕ ਰਿਜ਼ਲਟ, ਇਕੱਲੇ ਲੜ ਰਹੇ ਹਾਂ, ਪਹਿਲੀ ਵਾਰ ਇਕੱਲੇ ਲੜ ਰਹੇ ਹਾਂ, ਐਂ ਤੁਸੀਂ ਦੇਖੋ ਇਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਹੈ ਕਿਉਂਕਿ ਅਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ, ਸਰਬੱਤ ਦੇ ਭਲੇ ਦੀ ਸੋਚ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ, ਸਾਰਿਆਂ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ। ਸੋ ਆਹ ਜਿਹੜੀਆਂ ਚੀਜ਼ਾਂ ਹੈ ਆ ਜਨਰਲ ਮੈਂ ਪਿਛਲੇ 2.5 ਮਹੀਨਿਆਂ ਜੋ ਮੈਂ ਗੈਦਰ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ 'ਚ ਹੈ। ਤੁਸੀਂ ਦੇਖੋ ਇੰਨੀ ਗਰਮੀ 'ਚ ਵੀ ਰੋਡ ਸ਼ੋਅ ਵਿੱਚ ਸਕੂਟਰਾਂ 'ਤੇ, ਮੋਟਰਸਾਈਕਲਾਂ 'ਤੇ, ਟਰੈਕਟਰਾਂ 'ਤੇ ਹਿੱਸਾ ਲੈ ਰਹੇ। ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ 2:30 ਵਜੇ, ਉੱਥੇ ਰੋਡ ਸ਼ੋਅ ਮੇਰਾ ਸ਼ੁਰੂ, ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ, ਤੁਸੀਂ ਦੇਖੋਗੇ। ਅੱਛਾ, ਬਠਿੰਡਾ 'ਚ ਮੁਕਾਬਲਾ ਕਿੱਦਾਂ ਦੇਖ ਰਹੇ ਹੋ ਹਰ ਸਰਬੱਤ ਦਾ? ਸੀ ਸੈਕਿੰਡ ਥਰਡ ਦੇ ਤਾਂ ਕਾਫੀ ਦੂਰ ਕੰਮ ਹੈ। ਕਿੰਨੀ ਤੁਸੀਂ ਐਸਟੀਮੇਟ? ਮੈਨੂੰ ਲੱਗਦਾ ਅਪਰੋਕਸੀਮੇਟਲੀ ਪਰਮਾਤਮਾ ਮਿਹਰ ਕਰ 1.5 ਤੋਂ 2 ਦੇ ਨੇੜੇ ਜਾ ਸਕਦਾ। ਐਕਤੀ ਬੜੇ ਸੌਖੇ ਹੈ ਕਿਉਂਕਿ ਐਕਤੀ ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੇਵ ਕਰਨਗੇ, ਜਿਹਦੇ ਰੋਕ ਲਿਆ ਫੋਟੋ ਆ ਕੇ ਲੈਣਗੇ, ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ। ਐਕਤੀ ਇਮੋਸ਼ਨਲੀ ਅਟੈਚਡ ਦੇਖੇ ਮੈਂ ਲੋਕ ਅਕਾਲੀ ਦਲ। ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੇਰੀਓ ਲੱਗ ਰਿਹਾ, ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ BJP ਦੀ ਸਰਕਾਰ ਨਹੀਂ ਮੰਨਦੀ, ਇੱਕ ਜਿਹੜਾ ਮੈਸੇਜ ਕਲੀਅਰ ਹੈ। ਨੌਰਥ ਇੰਡੀਆ 'ਚ ਬਹੁਤ ਸਟੇਟਾਂ ਹੈ ਜਿੱਥੇ 100% ਰਿਜ਼ਲਟ ਸੀ, ਜਿੱਥੇ 100% ਰਿਜ਼ਲਟ ਆ, ਕਿਤੇ 80% ਰਹਿ ਗਿਆ, ਕਿਤੇ 60 ਰਹਿ ਗਿਆ, ਕਿਤੇ 50 ਵੀ ਰਹਿ ਗਿਆ।
ਸੋ ਜਿੱਥੇ ਨੌਰਥ ਇੰਡੀਆ ਜਿੱਥੇ ਉਹਨਾਂ ਦਾ ਗੜ੍ਹ ਸੀ, ਸਾਊਥ ਇੰਡੀਆ 'ਤੇ ਨਹੀਂ ਵੇ ਉਹਨਾਂ ਦਾ ਕੋਈ ਕਹੇ ਨਹੀਂ, ਸੋ ਜਿੱਥੇ ਉਹਨਾਂ ਦਾ ਗੜ੍ਹ ਸੀ ਮਹਾਰਾਸ਼ਟਰਾ 'ਚ ਕੰਪਲੀਟਲੀ ਕਰੈਸ਼ ਵਾਈਪਡ ਆਊਟ, ਮਹਾਰਾਸ਼ਟਰਾ ਵੀ ਬਿਹਾਰ 'ਚ ਵੀ ਮੈਸਿਵ ਓਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ, ਉਵੇਂ ਦਿੱਲੀ ਹੈ, ਉਵੇਂ ਹਰਿਆਣਾ ਤੁਹਾਡੇ ਨਾਲ ਗੁਆਂਢ 'ਚ ਹੈ, ਰਾਜਸਥਾਨ 'ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ, ਅਸੀਂ ਬੈਠੇ ਕਿਤੇ ਗੱਲਾਂ ਕਰ ਰਹੇ ਸੀ, ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਕਹਾਉਣਗੀਆਂ ਸਾਨੂੰ, 25 ਚੋਂ 15, ਸੋ ਐਂ ਦੱਸਦਾ ਸੀ ਕਿ ਸੂਬੇ 'ਚੋਂ ਡਿੱਗਣ ਲੱਗ ਜਾਣ, ਕਿੱਥੇ ਸਰਕਾਰ ਬਣੂਗੀ। ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ, ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣੀ, ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ 'ਤੇ ਲੱਗ ਗਏ ਹੈ ਅਤੇ ਕਹਿਣ ਲੱਗੇ ਮੰਦਰ ਸੂਤਰ ਖੋਲ੍ਹ ਲੈਣਗੇ, ਜਾਂ 70 ਸਾਲ ਤੱਕ ਖੋਏ ਨਹੀਂ, ਹੁਣ ਕਿੱਥੇ ਖੋਲ੍ਹ ਲੈਣਗੇ, ਹੈਂ ਕਾਂਗਰਸ ਨਹੀਂ ਮੈਂ ਖੜੇ ਰੀਜਨਲ ਪਾਰਟੀਜ਼ ਪੰਜਾਬ ਵਿੱਚ ਇੱਕ 2-3 ਗੱਲਾਂ ਮੈਂ ਦੇਖੀਆਂ ਇੱਥੇ, ਇੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਬੰਧਨ ਹੈ, ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀਕ ਕਰਤਾ ਇਹਨਾਂ ਨੇ, ਇਹਦਾ ਵੀਕ ਹੈ ਅਤੇ ਉੱਧਰ ਕਾਂਗਰਸ। ਦੂਜੀ ਗੱਲ ਜਿਹੜੀ ਮੈਂ ਦੇਖੀ ਹੈ, ਕਾਂਗਰਸ ਆਮ ਆਦਮੀ ਪਾਰਟੀ ਟੁੱਟੂਗੀ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ, ਭਗਵੰਤ ਮਾਨ ਐਂਡ ਅਮਿਤ ਸ਼ਾਹ ਆਰ ਵਨ, ਤੁਹਾਡੇ ਸਾਹਮਣੇ ਹੀ ਹੈ, ਇਗਜ਼ਾਮਪਲ ਦੱਸ ਦਿੰਦਾ, 2 ਇਗਜ਼ਾਮਪਲ ਮੇਰੇ ਕੋਲ ਹੈ, ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕੰਸੈਂਟ ਵਿਦ ਅਗਰੀਮੈਂਟ, ਦੂਜਾ ਤੁਸੀਂ ਬੀਜੇਪੀ ਦੇ ਕੈਂਡੀਡੇਟ ਅਮਰਿੰਦ ਪਰਮਪਾਲ ਕੌਰ ਦਾ, ਨਾਲੇ ਕਹਿੰਦੇ ਸਾਡਾ ਅਸੀਂ ਰਿਜੈਕਟ ਕੀਤਾ, ਅਤੇ ਇੱਕ ਦਿਨ 'ਚ ਕਿਵੇਂ ਐਕਸੈਪਟ ਹੋ ਗਿਆ, ਪੰਜਾਬ ਦੀ ਲੜਾਈ ਲੜਦੇ ਹਾਂ, ਸੋ ਅਸੀਂ ਤਾਂ ਪੰਜਾਬੀ ਕਾਊਂਟਰ ਦੀ ਲੋੜ ਹੀ ਨਹੀਂ, ਪੰਜਾਬੀ ਕ੍ਰੋਸ ਪਾਰਟੀ ਲਾਈਨ ਆਰ ਕਨਵਰਜਿੰਗ ਟੂਵਰਡਸ ਅਕਾਲੀ ਦਲ, ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ, ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ, ਨਹੀਂ ਤਾਂ ਬਠਿੰਡਾ 'ਚ ਜੋ ਬਣਿਆ ਅਕਾਲੀ ਦਲ ਦੀ ਸਰਕਾਰ 'ਚ ਬਣਿਆ, ਹਰਸਿਮਰਤ ਕੌਰ ਬਾਦਲ ਦੀ ਏਮਸ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ, ਹੁਣ 7 ਸਾਲ ਖਰਾਬ ਹੋ ਗਏ, ਵਾਈ ਇਜ਼ ਦਾ ਫੀਲਿੰਗ ਬਠਿੰਡਾ ਕੀ, ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ, ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਈਏ, ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ, ਉਹ ਹੁਣ ਚੇਂਜ ਹੋ ਰਿਹਾ, ਹੁਣ ਪੀਪਲ ਆਰ ਕਮਿਟਿਡ ਟੂ ਦ ਪਾਰਟੀ ਵਿੱਚ ਲੁੱਕਸ ਆਫਟਰ ਦੈਮ। ਇੱਕ ਕਿਹਾ ਸੀਗਾ ਸੁੱਖ ਬਲਾਸ ਦਾ, ਜਿਹੜਾ ਕਿ ਮੈਂ ਕਲੱਚ ਤੋਂ ਮੈਂ ਪੈਰ ਚੱਕਾਂਗਾ, ਜਦੋਂ ਯਾਰ ਮੈਨੂੰ ਤਾਂ ਕਦੇ 2.5 ਸਾਲ ਆ ਵੀ ਹੋ ਗਏ, ਸਾਡੀ ਏ ਸੀ ਬੱਸਾਂ ਵੀ ਬੰਦ ਕਰੂਗਾ, ਦੂਜਾ ਹੀ ਮੈਂ ਕਿਤੇ ਕਲੱਚ 'ਤੇ ਪੇਟ ਉਹਦਾ ਨਾ ਚੱਕਿਆ ਜਾਏ ਕਿਤੇ, ਕਿ ਆਪ ਹੀ ਰਗੜਿਆ ਜਾਏ, ਲੱਭਣਾ ਨਹੀਂ ਆ ਦੋ ਸ਼ਬਦ।